ਜੈਤੋ ਚ ਲੋਕਾਂ ਨੇ ਚੌਕਸੀ ਵਰਤਦੇ ਹੋਏ ਇੱਕ ਮੋਬਾਈਲ ਚੋਰ ਨੂੰ ਪਕੜਿਆ, ਜਿਸ ਨੂੰ ਕਬਜ਼ੇ ਚ ਲੈ ਕੇ ਉਸ ਤੋਂ 3 ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ। ਜੈਤੋ ਹਲਕੇ ਚ ਲਗਾਤਾਰ ਘਰਾਂ ਚ ਘੁਸ ਕੇ ਮੋਬਾਈਲ ਚੋਰੀ ਕਰਨ ਦੀਆਂ ਵਾਰਦਾਤਾਂ ਤੋਂ ਦੁਖੀ ਹੋ ਕੇ ਮੁਹੱਲਾ ਵਾਸੀਆਂ ਨੇ ਚੌਕਸੀ ਵਰਤਣੀ ਸ਼ੁਰੂ ਕੀਤੀ, ਜਿਸ ਦੌਰਾਨ ਰਾਤ ਨੂੰ ਚੋਰੀ ਕਰਨ ਆਏ ਚੋਰ ਨੂੰ ਲੋਕਾਂ ਨੇ ਪਕੜ ਲਿਆ, ਜਿਸ ਦੇ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ। ਸਰ, ਰਾਤ ਨੂੰ ਨਾ ਮੈਂ 2:20 'ਤੇ ਉੱਠਿਆ ਸੀਗਾ ਬਾਥਰੂਮ ਕਰਨ ਲਈ, ਅਤੇ ਉਦੋਂ ਮੈਂ ਦੇਖਿਆ ਵੀ ਮੰਮੀ ਹੋਣੀ ਗੱਲਾਂ ਕਰੀ ਜਾਂਦੇ ਸੀ ਕਿ ਵੀ ਮੋਬਾਈਲ ਹੈ ਨਹੀਂ ਗਾ ਆਪਣਾ, ਅਤੇ ਮੈਂ ਉਹਨਾਂ ਨੂੰ ਕਿਹਾ ਵੀ ਆਪਾਂ ਰਿੰਗ ਕਰ ਦੇਣਾ ਆਪਣੇ ਨੰਬਰ ਤੋਂ, ਅਤੇ ਮੈਂ ਜਾ ਕੇ ਦੇਖਿਆ ਮੇਰਾ ਵੀ ਮੋਬਾਈਲ ਦੋਵੇਂ ਗਾਇਬ ਸੀਗੇ, ਤਾਂ ਕਰਕੇ ਫਿਰ ਮੈਂ ਰੌਲਾ ਰੱਪਾ ਪਾਇਆ। ਫਿਰ ਬਾਈ ਹੋਣੀ ਇਕੱਠੇ ਹੋਏ ਅਤੇ ਫਿਰ ਅਸੀਂ ਚੋਰ ਫੜੇ ਜੀ ਨਾਲ ਦੀ ਨਾਲ। ਕਿਹੜੇ ਮੁਹੱਲੇ ਦੀ ਕਰਨਾ? ਇਹ ਅੰਬੇਦਕਰ ਨਗਰ ਦੀ 4 ਨੰਬਰ ਗਲੀ ਜੈਤੋ। ਜਿਹੜੀ ਚੋਰ ਫੜੇ ਗਏ ਤੁਸੀਂ, ਕਿੰਨੇ ਚੋਰ ਫੜੇ ਗਏ? ਇੱਕ ਹੀ ਚੋਰ ਫੜਿਆ ਗਿਆ ਜੀ। ਕਿੰਨੇ ਸੀ ਟੋਟਲ? ਹਾਂਜੀ, ਟੋਟਲ ਕਿੰਨੇ ਚੋਰ ਸੀ? ਉਹ 10 ਨਹੀਂ ਰਿਹਾ ਜੀ, ਉਹ ਤਾਂ ਪੁਲਿਸ ਕਾਰਵਾਈ ਕਰੂਗੀ ਸਾਰੀ ਫਿਰ। ਠੀਕ ਹੈ ਜੀ। ਇਹ ਕੀ ਤੁਹਾਡੇ ਕੋਈ ਮਹੱਲੇ ਦਾ ਜਿਹੜਾ ਪਕੜਿਆ ਗਿਆ ਜਾਂ ਕਿਸ ਤਰ੍ਹਾਂ ਜੀ? ਨਹੀਂ ਨਹੀਂ, ਇਹ ਤਾਂ ਟਿੱਬੀ ਸਾਹਿਬ ਦਾ ਮੁੰਡਾ ਹੈ ਜੀ ਇੱਥੋਂ ਦਾ, ਟਿੱਬੀ ਸਾਹਿਬ ਰੋਡ। ਹਾਂਜੀ। ਮੋਬਾਈਲ ਤੁਹਾਨੂੰ ਮਿਲ ਗਿਆ ਜਾਂ ਕਿਸੇ ਪੁਲਿਸ ਕੋਲੇ ਆਇਆ ਕੀ? ਨਹੀਂ, ਮੋਬਾਈਲ ਤਾਂ ਪੁਲਿਸ ਕੋਲੇ ਆ ਜੀ। ਪੁਲਿਸ ਕੀ ਕਹਿ ਰਹੀ ਹੈ? ਪੁਲਿਸ ਕਹਿ ਰਹੀ ਵੀ ਕਾਰਵਾਈ ਕਰਕੇ ਜਦੋਂ ਜੇਲ੍ਹ ਭੇਜਾਂਗੇ ਉਸ ਤੋਂ ਬਾਅਦ ਮੋਬਾਈਲ ਤੁਹਾਨੂੰ ਦੇਵਾਂਗੇ ਜੀ। ਹੁਣ ਤੁਸੀਂ ਕੀ ਮੰਗਦੇ? ਹਾਂਜੀ, ਅਸੀਂ ਤਾਂ ਕਹਿੰਦੇ ਵੀ ਚੋਰ ਨੂੰ ਸਜ਼ਾ ਦਿੱਤੀ ਜਾਵੇ ਜੀ ਬਸ, ਅਤੇ ਮੋਬਾਈਲ ਸਾਡੇ ਵਾਪਸ ਦਿੱਤੇ ਜਾਣ। ਦੂਜੇ ਪਾਸੇ ਪੁਲਿਸ ਨੇ ਦੱਸਿਆ ਕਿ ਇਸ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਜਿਹੜੀ ਅੰਬੇਦਕਰ 'ਚ ਚੋਰੀ ਹੋਈ ਹੈ, ਵਰਿੰਦਰ ਸਿੰਘ ਪੁੱਤਰ ਬੂਟਾ ਸਿੰਘ ਵੱਲੋਂ ਇੱਕ ਬਿਆਨ ਲਿਖਾਇਆ ਸੀ ਵੀ ਅਸੀਂ ਰੋਜ਼ਾਨਾ ਦੀ ਤਰ੍ਹਾਂ ਆਪਦੇ ਘਰ ਸੁੱਤੇ ਸੀ ਅਤੇ ਸਾਡੇ ਜਿਹੜੇ ਮੋਬਾਈਲ ਫੋਨ ਆ ਉਹ ਚਾਰਜਰ 'ਤੇ ਲੱਗੇ ਸੀ, ਅਤੇ ਇਹਦੇ 'ਚ 2 ਬਾਈ ਨੇਮ ਬੰਦਿਆਂ 'ਤੇ ਪਰਚਾ ਦਰਜ ਕਰਿਆ ਸੀ ਵੀ ਉਹ ਸਾਡੇ ਮੋਬਾਈਲ ਚੋਰੀ ਕਰਕੇ ਲੈ ਗਏ, ਜਿਸ 'ਤੇ ਮੁਕੱਦਮਾ ਨੰਬਰ 167/19 ਅੰਡਰ ਸੈਕਸ਼ਨ 457-380-411 IPC ਦਰਜ ਕਰਕੇ ਅੱਜ ਅਸੀਂ ਕੋਟਕਪੂਰਾ ਰੋਡ ਸੂਏ ਤੋਂ ਜਿਹੜਾ ਅੰਮ੍ਰਿਤਪਾਲ ਸਿੰਘ ਪੁੱਤਰ ਨਰਮਲ ਸਿੰਘ ਨੂੰ ਗ੍ਰਿਫਤਾਰ ਕੀਤਾ, ਜਿਸ ਤੋਂ 3 ਮੋਬਾਈਲ ਵੀ ਮੌਕੇ ਪਰ ਬਰਾਮਦ ਕਰ ਲਿਆ। ਅੱਜ ਇਹਨਾਂ ਦਾ ਅਸੀਂ ਪੁਲਿਸ ਰਿਮਾਂਡ ਹੋਰ ਲੈ ਕੇ ਅਗਲੀ ਜਿਹੜੀ ਹੈ ਪਾਰਟਸ ਆਫ ਇਨਵੈਸਟੀਗੇਸ਼ਨ ਨੂੰ ਗਾਂਹ ਵਧਾਵਾਂਗੇ, ਅਤੇ ਜੋ ਗਾਂਹ ਖੁਲਾਸੇ ਹੋਣਗੇ ਉਹ ਫਿਰ ਅੱਗੇ ਜ਼ਿਕਰ ਕਰਾਂਗੇ। ਇਹਨਾਂ ਦੀ ਏਜ 23-24 ਸਾਲ ਹੈ, ਅਤੇ ਨਸ਼ੇ ਨੁਸ਼ੇ ਦੀ ਘਾਟ ਵਾਧ ਕਰਕੇ ਜਿਹੜੀ ਚੋਰੀ ਕਰਦੇ। ਇਹ ਇੱਕ ਕਿਰਾ ਨਰਮਲ, ਦੂਜਾ ਜਿਹੜਾ ਨਰਮਲ ਦਾ ਲੜਕਾ ਅੰਮ੍ਰਿਤਪਾਲ ਉਹਨੂੰ ਅਰੈਸਟ ਕਰਿਆ, ਦੂਜੇ ਨੂੰ ਜਲਦੀ ਕਰ ਲਾਂਗੇ। ਜੈਤੋ ਤੋਂ ਵਿਪਨ ਗੋਇਲ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਹੋਣ ਜਾ ਰਹੀ ਜ਼ਿਮਨੀ ਚੋਣ ਦੀ ਹਰ ਅਪਡੇਟ ਜਾਣਨ ਲਈ ਦੇਖੋ ਹਰ ਸ਼ਾਮ 4 ਵਜੇ ਸਿਆਸੀ 4।